ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਉੱਤੇ ਸਵਾਗਤ ਹੈ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਿਜ਼ਿਟ ਕਰਾਂਗੇ ਨਾਹੜਗੜ੍ਹ ਫੋਰਟ ਨੂੰ ਜੀ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ। ਇਹਦੇ ਵਿੱਚ ਕੀ ਹਿਸਟਰੀ ਹੈ, ਇਹਦੇ ਵਿੱਚ ਕੀ ਦੇਖਣ ਨੂੰ ਹੈ, ਆਪਾਂ ਸਾਰਾ ਦੇਖਾਂਗੇ ਜੀ। ਆਓ ਚੱਲੀਏ ਜੀ ਹੁਣ ਨਾਹੜਗੜ੍ਹ ਫੋਰਟ ਦੇ ਅੰਦਰ ਨੂੰ ਜੀ। ਤੁਸੀਂ ਨਾਹੜਗੜ੍ਹ ਬਾਰੇ ਜੇਕਰ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਜੀ। ਅਸੀਂ ਜੀ ਨਾਹੜਗੜ੍ਹ ਫੋਰਟ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ। ਪਿਛਲੀ ਵੀਡੀਓ ਦੇ ਵਿੱਚ ਅਸੀਂ ਟਿਕਟ ਬਾਰੇ ਦੱਸਿਆ, ਇੱਕ ਬਹੁਤ ਹੀ ਸੋਹਣਾ ਇੱਥੇ ਸਨਸੈਟ ਪੁਆਇੰਟ ਬਣਿਆ ਹੋਇਆ ਜਿੱਥੋਂ ਆਪਾਂ ਸਨਸੈਟ ਦੇਖ ਸਕਦੇ ਹਾਂ। ਜੇਕਰ ਤੁਸੀਂ ਉਹ ਵੀਡੀਓ ਦੇਖਣੀ ਹੈ ਤਾਂ ਅਸੀਂ ਉੱਪਰ ਆਈ ਬਟਨ 'ਤੇ ਜਾਂ ਵੀਡੀਓ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ 'ਤੇ ਉਹ ਵੀਡੀਓ ਨੂੰ ਜਾ ਕੇ ਦੇਖ ਸਕਦੇ ਹੋ ਜੀ। ਆਪਾਂ ਸਾਹਮਣੇ ਤਾਲ ਦੇਖ ਸਕਦੇ ਹਾਂ ਇਸ ਵਿੰਡੋ ਦੇ ਵਿੱਚੋਂ, ਉਸਨੂੰ ਕਿਹਾ ਜਾਂਦਾ ਜੀ ਤਾਲ ਕਟੋਰਾ। ਜਿਹੜਾ ਆਪਾਂ ਉੱਧਰ ਗਰਾਊਂਡ ਦੇਖ ਸਕਦੇ ਹਾਂ, ਇਸ ਗਰਾਊਂਡ ਦੇ ਵਿੱਚ ਪੁਰਾਣੇ ਸਮੇਂ ਵਿੱਚ ਰਾਜੇ ਪੋਲੋ ਖੇਡਦੇ ਹੁੰਦੇ ਸਨ। ਇੱਥੇ ਤੁਸੀਂ ਪੁਰਾਣੀ ਜੈਪੁਰ ਸਿਟੀ ਨੂੰ ਦੇਖ ਸਕਦੇ ਹੋ ਜੀ। ਇੱਥੋਂ ਆਪਾਂ ਨੂੰ ਸਿਟੀ ਪੈਲਸ ਵੀ ਦਿਖਾਈ ਦਿੰਦਾ ਜੀ, ਸ਼ਾਇਦ ਤੁਸੀਂ ਦੇਖ ਸਕੋਗੇ ਉਸ ਸਾਈਡ ਹੈ ਜੀ ਸਿਟੀ ਪੈਲਸ। ਧੁੰਦ ਦੇ ਕਾਰਨ ਜ਼ਿਆਦਾ ਸਾਫ਼ ਦਿਖਾਈ ਨਹੀਂ ਦੇ ਰਿਹਾ ਜੀ। ਇੱਥੋਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਬਹੁਤ ਹੀ ਸੋਹਣਾ ਲੱਗੇਗਾ ਜੈਪੁਰ ਸਿਟੀ। ਉਸ ਸਮੇਂ ਜੀ ਬੈੱਡ ਨਹੀਂ ਹੁੰਦੇ ਸਨ, ਇਸ ਲਈ ਰਾਣੀ ਇੱਥੇ ਝੂਲਾ ਲਗਾ ਲੈਂਦੇ ਸਨ ਅਤੇ ਇਸ ਜਗ੍ਹਾ ਉੱਪਰ ਉਹਨਾਂ ਨੇ ਦਾਸੀਆਂ ਪੱਖਾ ਵੱਡਾ ਪੱਖਾ ਲਗਾ ਕੇ ਉਹਨਾਂ ਨੂੰ ਝੱਲ ਮਾਰਦੀਆਂ ਸਨ। ਆਪਾਂ ਜੇ ਹੁਣ ਦੇਖੀਏ ਅੱਜ ਦੇ ਸਿਸਟਮ ਦੇ ਵਿੱਚ, ਸਮਰ ਦਾ ਜਿਹੜਾ ਰੂਮ ਹੋਣਾ ਚਾਹੀਦਾ ਨੀਚੇ ਹੋਣਾ ਚਾਹੀਦਾ, ਪਰ ਉਸ ਸਮੇਂ ਉੱਪਰ ਬਣਾਇਆ ਗਿਆ ਸੀ। ਇਸ ਦਾ ਰੀਜ਼ਨ ਸੀ ਇਹ ਵਿੰਡੋਜ਼। ਤੁਸੀਂ ਇਸ ਸਾਈਡ ਵਿੰਡੋ ਦੇਖ ਸਕਦੇ ਹੋ, ਅੱਗੇ ਜੇ ਆਪਾਂ ਜ਼ੂਮ ਕਰੀਏ ਤਾਂ ਆਪਾਂ ਨੂੰ ਦਿਖ ਸਕਦਾ ਵਿੰਡੋਜ਼, ਬਹੁਤ ਜ਼ਿਆਦਾ ਵਿੰਡੋਜ਼ ਨੇ ਅੱਗੇ ਇਸ ਤਰ੍ਹਾਂ ਦੀਆਂ। ਅੱਗੇ 4-8 ਵਿੰਡੋਜ਼ ਨੇ, ਕੁੱਲ ਮਿਲਾ ਕੇ 8 ਵਿੰਡੋਜ਼ ਦੇ ਨਾਲ ਹਵਾ ਪੂਰੀ ਵੈਂਟੀਲੇਟ ਹੁੰਦੀ ਸੀ ਜਿਸ ਕਰਕੇ ਇਹ ਰੂਮਸ ਠੰਡੇ ਰਹਿੰਦੇ ਸਨ। ਇਹ ਹੈ ਜੀ ਡਾਇਨਿੰਗ ਰੂਮ ਅਤੇ ਇਹ ਹੈ ਜੀ ਡਰੈਸਿੰਗ ਰੂਮ। ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਨੂੰ। ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਂਦੇ ਹਾਂ ਇਸ ਨਾਹੜਗੜ੍ਹ ਫੋਰਟ ਦੇ ਵਿੱਚ, ਉਸ ਸਮੇਂ ਇਲੈਕਟ੍ਰਿਸਿਟੀ ਨਹੀਂ ਹੁੰਦੀ ਸੀ। ਤੁਸੀਂ ਜਿਹੜੇ ਆ ਹੋਲਸ ਦੇਖ ਸਕਦੇ ਹੋ, ਇਹਨਾਂ ਦੇ ਵਿੱਚ ਮਸ਼ਾਲਾਂ ਜਾਂ ਫਿਰ ਲਾਲਟੇਨ ਟੰਗ ਦਿੱਤੀਆਂ ਜਾਂਦੀਆਂ ਸਨ ਜਿਸ ਨਾਲ ਰੋਸ਼ਨੀ ਹੁੰਦੀ ਸੀ। ਤੁਸੀਂ ਦੇਖ ਸਕਦੇ ਹੋ ਕਿ ਉਸ ਸਮੇਂ ਹਰ ਇੱਕ ਫੈਸਿਲਿਟੀ ਦਿੱਤੀ ਜਾਂਦੀ ਸੀ ਰਾਣੀ ਮਹਾਰਾਣੀਆਂ ਨੂੰ, ਤਾਂ ਕਿ ਉਹਨਾਂ ਦੇ ਰਹਿਣ ਦੇ ਵਿੱਚ ਕੋਈ ਵੀ ਦੁਵਿਧਾ ਜਾਂ ਫਿਰ ਉਹਨਾਂ ਕੋਈ ਵੀ ਕਸ਼ਟ ਨਾ ਹੋਵੇ। ਇਹ ਆਪਾਂ ਆ ਗਏ ਜੀ ਥਰਡ ਰੂਮ ਦੇ ਵਿੱਚ, ਅਤੇ ਤੁਸੀਂ ਸਾਰਾ ਦੇਖ ਸਕਦੇ ਹੋ, ਸਾਰਾ ਆਰਕੀਟੈਕਟ ਸੇਮ ਹੈ ਜਿਵੇਂ ਆਪਾਂ ਫਸਟ ਦੇਖਿਆ ਸੈਕਿੰਡ ਦੇਖਿਆ, ਸੇਮ ਹੈ। ਹੁਣ ਆਪਾਂ ਜੀ ਚਾਹੇ ਚੌਥੇ ਜਾਈਏ ਚਾਹੇ ਥਰਡ ਜਾਈਏ ਚਾਹੇ ਸੈਕਿੰਡ ਦੇਖ ਕੇ ਆਈਏ, ਸਾਰਿਆਂ ਚਾਹੇ ਸਾਰਿਆਂ ਨੂੰ ਦੇਖ ਲਓ ਚਾਹੇ ਇੱਕ ਨੂੰ ਦੇਖ ਲਓ, ਸੇਮ ਗੱਲ ਹੋਏਗੀ। ਕਿਉਂ? ਕਿਉਂਕਿ ਸਾਰਿਆਂ ਦਾ ਆਰਕੀਟੈਕਟ ਬਿਲਕੁਲ ਸੇਮ ਹੈ। ਜਿਹੜਾ ਤੁਸੀਂ ਇਹ ਕੋਰੀਡੋਰ ਦੇਖ ਸਕਦੇ ਹੋ, ਇਹ ਰਾਜਾ ਸਾਹਿਬ ਦੇ ਲਈ ਕੋਰੀਡੋਰ ਹੁੰਦਾ ਸੀ। ਉਹ ਜਿਹੜੇ ਮਰਜ਼ੀ ਇੱਕ ਰਾਣੀ ਕੋਲ ਜਾਣ ਉੱਥੇ ਨੌਕ ਕਰ ਦਿੰਦੇ ਸਨ ਅਤੇ ਜਿਹੜੇ ਰਾਣੀ ਦਾ ਰੂਮ ਹੁੰਦਾ ਸੀ ਉਹ ਖੋਲ੍ਹ ਦਿੰਦੇ ਸਨ ਅਤੇ ਦੂਸਰੀਆਂ ਰਾਣੀਆਂ ਨੂੰ, ਦੂਸਰੀਆਂ 8 ਰਾਣੀਆਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਇਹ ਰਾਜਾ ਸਾਹਿਬ ਕਿਸ ਰਾਣੀ ਗਏ ਹਨ ਜੀ। ਇਹ ਸੀਗਾ ਜੀ ਰਾਜਾ ਸਾਹਿਬ ਦਾ ਸੀਕਰੇਟ ਕੋਰੀਡੋਰ, ਸੀਕਰੇਟ ਰਸਤਾ। ਖੜੇ ਹਾਂ ਜੀ ਸੈਂਟਰ ਦੇ ਵਿੱਚ, ਇਹ ਮੇਨ ਰਾਣੀ ਦਾ
ਰੂਮ ਹੁੰਦਾ ਸੀ ਤੇ ਜਿਹੜੀ ਤੁਸੀਂ ਆ ਵਿੰਡੋ ਦੇਖ ਸਕਦੇ ਹੋ ਇਸ ਤੋਂ ਨੀਚੇ ਅਗਰ ਕੋਈ ਫੈਸਟੀਵਲ ਆਰਗਨਾਈਜ਼ ਹੁੰਦਾ ਸੀ ਤਾਂ ਰਾਣੀ ਇੱਥੋਂ ਬੈਠ ਕੇ ਦੇਖ ਸਕਦੀਆਂ ਸਨ ਉਸ ਫੈਸਟੀਵਲ ਨੂੰ। ਸਾਹਮਣੇ ਜਿਹੜਾ ਅਸੀਂ ਰੂਮ ਦੇਖ ਸਕਦੇ ਹੋ ਇਹ ਰਾਜਾ ਸਾਹਿਬ ਦਾ ਰੂਮ ਹੁੰਦਾ ਸੀ। ਉਸ ਟਾਈਮ ਚਾਰ ਰਾਣੀਆਂ ਇਸ ਸਾਈਡ ਅਤੇ ਚਾਰ ਰਾਣੀਆਂ ਇਸ ਸਾਈਡ ਬੈਠਦੀਆਂ ਸਨ ਅਤੇ ਜਿਹੜੀ ਮੇਨ ਰਾਣੀ ਹੁੰਦੀ ਸੀ ਉਹ ਇੱਥੋਂ ਦੇਖਦਾ ਸਨ ਅਤੇ ਰਾਣੀਆਂ ਨੂੰ ਕੋਈ ਵੀ ਨਹੀਂ ਦੇਖ ਸਕਦਾ ਸੀ ਕਿਉਂਕਿ ਇੱਥੇ ਪ੍ਰੋਪਰ ਪਰਦੇ ਲੱਗੇ ਹੁੰਦੇ ਸਨ ਜਦਕਿ ਰਾਣੀਆਂ ਸਾਰਾ ਸਮਾਗਮ ਦੇਖ ਸਕਦੀਆਂ ਸਨ। ਜਿਹੜਾ ਆਪਾਂ ਉੱਧਰ ਦੇਖਿਆ ਉਹ ਫਸਟ ਕੋਰੀਡੋਰ ਸੀ, ਇਹ ਹੈ ਜੀ ਸੈਕਿੰਡ ਕੋਰੀਡੋਰ ਤੇ ਇਸ ਰਸਤੇ ਨਾਲ ਦੋਨੋਂ ਕੋਰੀਡੋਰ ਆਪਸ ਦੇ ਵਿੱਚ ਇੰਟਰ ਕਨੈਕਟਡ ਨੇ ਜੀ। ਇਹ ਹੈ ਜੀ ਹੁਣ ਸੈਕਿੰਡ ਕੋਰੀਡੋਰ ਜਿਹੜਾ ਕਿ ਰਾਣੀਆਂ ਵਾਸਤੇ ਸੀ। ਜਿਵੇਂ ਆਪਾਂ ਦੇਖਿਆ ਦੂਸਰੇ ਚਾਰ ਰੂਮਸ ਦੇਖੇ ਨੇ ਆਪਾਂ ਰਾਣੀਆਂ ਦੇ, ਸੇਮ ਉਸੇ ਤਰ੍ਹਾਂ ਹੀ ਡਿਜ਼ਾਇਨ ਇਹ ਵੀ ਕੀਤੇ ਹੋਏ ਨੇ। ਚਾਹੇ ਤੁਸੀਂ ਸਾਰੇ ਦੇਖ ਲਓ ਚਾਹੇ ਇੱਕ ਦੇਖ ਲਓ, ਗੱਲ ਇੱਕੋ ਹੀ ਹੋਏਗੀ। ਇਹਨਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਆ ਇਹਨਾਂ ਵਿੱਚ ਲਾਲਟੇਨ ਜਾਂ ਫਿਰ ਮਸ਼ਾਲਾਂ ਟੰਗ ਦਿੱਤੀਆਂ ਜਾਂਦੀਆਂ ਸਨ ਤਾਂ ਕਿ ਲਾਈਟ ਪ੍ਰੋਪਰ ਆ ਸਕੇ ਜੀ। ਜਦੋਂ ਵੀ ਇਹੋ ਜਿਹੀ ਜਗ੍ਹਾ ਤੇ ਤੁਸੀਂ ਜੈਪੁਰ ਦੇ ਵਿੱਚ ਆਓ ਤਾਂ ਇਹਨਾਂ ਵਾਲਸ ਨੂੰ ਟੱਚ ਕਰਨਾ ਜ਼ਰੂਰ ਕਰਿਓ, ਇਹਨਾਂ ਨੂੰ ਭੁੱਲਿਓ ਨਾ ਕਿਉਂਕਿ ਇਹਨਾਂ ਨੂੰ ਜੋ ਆਪਾਂ ਟੱਚ ਕਰਦੇ ਹਾਂ ਅਲੱਗ ਤਰ੍ਹਾਂ ਦੀ ਵਾਈਬ ਆਉਂਦੀ ਹੈ। ਤਾਂ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤਾਂ ਇਹਨਾਂ ਫੂਡਸ ਦੇ ਵਿੱਚ ਜ਼ਰੂਰ ਆਇਓ। ਤੁਸੀਂ ਉੱਪਰ ਵੀ ਮੀਨਾਕਾਰੀ ਦੇਖ ਸਕਦੇ ਹੋ ਕਿੰਨੇ ਸੋਹਣੇ ਡਿਜ਼ਾਇਨਸ ਬਣਾਏ ਗਏ ਨੇ ਤੇ ਝੂਲਿਆਂ ਲਈ ਕੁੰਡੇ ਟੰਗੇ ਹੋਏ ਨੇ ਜੀ, ਤੁਸੀਂ ਦੇਖ ਸਕਦੇ ਹੋ। ਸਾਹਮਣੇ ਮਹਿਲ ਦੇਖ ਸਕਦੇ ਹੋ, ਇਹ ਕੋਰੋਨਾ ਟਾਈਮ ਤੋਂ ਬੰਦ ਹੋ ਗਿਆ ਜੀ। ਇਹ ਸੀਗਾ ਰਾਜਾ ਦਾ ਮਹਿਲ, ਜਿਹੜਾ ਤੁਸੀਂ ਰਸਤਾ ਦੇਖ ਸਕਦੇ ਹੋ ਉਸ ਤੋਂ ਰਾਜਾ ਸਾਹਿਬ ਆਉਂਦੇ ਸਨ ਤੇ ਇਸ ਡੋਰ ਨਾਲ ਆਪਣੇ ਰੂਮ ਵਿੱਚ ਐਂਟਰ ਹੁੰਦੇ ਸਨ। ਇਹ ਰਾਣੀਆਂ ਦਾ ਮਹਿਲ ਹੁੰਦਾ ਸੀ ਤੇ ਜੇਕਰ ਕੋਈ ਵੀ ਸਮਾਗਮ ਦੇਖਣਾ ਹੁੰਦਾ ਸੀ, ਕੋਈ ਵੀ ਫੈਸਟੀਵਲ ਦੇਖਣਾ ਹੁੰਦਾ ਸੀ ਤਾਂ ਰਾਜਾ ਸਾਹਿਬ ਇੱਥੇ ਬੈਠ ਕੇ ਦੇਖਦੇ ਸਨ ਅਤੇ ਜੇਕਰ ਉਹਨਾਂ ਨੇ ਰਾਣੀਆਂ ਨੂੰ ਮਿਲਣ ਜਾਣਾ ਹੁੰਦਾ ਸੀ ਤਾਂ ਉਹ ਇਹਨਾਂ ਕੋਰੀਡੋਰਸ ਇਹਨਾਂ ਦਰਵਾਜ਼ਿਆਂ ਤੋਂ ਹੁੰਦੇ ਹੋਏ ਅੱਗੇ ਰਾਣੀਆਂ ਕੋਲ ਚਲੇ ਜਾਂਦੇ ਸਨ ਜੀ। ਜੇਕਰ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਚੱਲਦੇ ਹਾਂ ਜੀ ਹੁਣ ਆਪਾਂ ਅੱਗੇ ਨੂੰ। ਪਹਿਲਾਂ ਆਪਾਂ ਫਸਟ ਕੋਰੀਡੋਰ ਦੇਖਿਆ ਸੀ ਤੇ ਹੁਣ ਆਪਾਂ ਆ ਚੁੱਕੇ ਹਾਂ ਸੈਕਿੰਡ ਕੋਰੀਡੋਰ ਦੇ ਵਿੱਚ। ਆਪਾਂ ਇਸ ਜਗ੍ਹਾ ਤੇ ਸਟਾਰਟ ਕੀਤੀ ਸੀ ਕੋਰੀਡੋਰ ਦੀ ਜਰਨੀ ਤੇ ਇੱਥੇ ਆ ਗਏ ਆਪਾਂ ਲਾਸਟ ਦੇ ਵਿੱਚ ਤੇ ਇਹਦਾ ਸਬੂਤ ਹੈ ਇਹ ਚਿਮਨੀ। ਤੁਸੀਂ ਆ ਹੁੱਕ ਦੇਖ ਰਹੇ ਹੋ, ਇਹਨਾਂ ਦੇ ਉੱਪਰ ਲੋਹੇ ਦਾ ਜਾਲ ਪਾਇਆ ਜਾਂਦਾ ਸੀ ਅਤੇ ਉਸ ਲੋਹੇ ਦੇ ਜਾਲ ਵਿੱਚ ਖਸਖਸ ਦੀ ਘਾਹ ਲਗਾ ਦਿੱਤੀ ਜਾਂਦੀ ਸੀ। ਫਿਰ ਉਸਨੂੰ ਸਮੇਂ ਸਮੇਂ ਤੇ ਗਿੱਲਾ ਕਰ ਦਿੱਤਾ ਜਾਂਦਾ ਸੀ, ਪਾਣੀ ਲਗਾਇਆ ਜਾਂਦਾ ਸੀ ਜਿਸ ਨਾਲ ਕਮਰੇ ਅੰਦਰ ਤੋਂ ਬਹੁਤ ਹੀ ਠੰਡੇ ਰਹਿੰਦੇ ਸਨ। ਤੁਸੀਂ ਦੇਖ ਸਕਦੇ ਹੋ ਕਿ ਮਾਡਰਨ ਆਰਕੀਟੈਕਟ ਦਾ ਪੂਰੀ ਸੁਵਿਧਾਵਾਂ ਜਿਵੇਂ ਕਿ ਏਸੀ ਦੀ ਠੀਕ ਹੈ ਉਸ ਸਮੇਂ ਯੂਜ ਕੀਤੀ ਗਈ ਸੀ। ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਸਿਟੀ ਦਾ ਫੁੱਲ ਵਿਊ। ਉੱਪਰ ਚੱਲਦੇ ਹਾਂ ਟੈਰਿਸ ਤੇ, ਬਣੇ ਦੇ ਸਾਡੇ ਨਾਲ ਜੀ। ਰਸਤਾ ਕਾਫੀ ਟਾਈਟ ਹੈ ਜੀ ਟੈਰਿਸ ਤੇ ਜਾਣ ਲਈ।
ਹੁਣ ਆਪਾਂ ਜਿਹੜੇ ਸਾਰੇ ਕੋਰੀਡੋਰ ਦੇਖੇ ਨੇ, ਸਾਰੇ ਰੂਮ ਦੇਖੇ ਨੇ, ਉਹਦੇ ਉੱਪਰ ਵਿਊ ਦੇਖ ਸਕਦੇ ਹਾਂ ਜੀ। ਹੁਣ ਆਪਾਂ ਦੇਖ ਸਕਦੇ ਹਾਂ ਓਲਡ ਸਿਟੀ ਜੈਪੁਰ ਦਾ ਫੁੱਲ ਵਿਊ। ਬਣਿਆ ਹੋਇਆ ਜੀ ਨਾਹਰਗੜ ਫੋਰਟ ਤੇ ਤੁਸੀਂ ਦੇਖ ਸਕਦੇ ਹੋ ਮੰਦਿਰ ਜੀ, ਤੇ ਉਹ ਦੂਰ ਜਿਹੜੀ ਆਪਾਂ ਦੇਖ ਸਕਦੇ ਆ ਵਾਲ, ਉਹ ਸਰਾਊਂਡ ਕਰਦੀ ਹੈ ਅਮੀਰ ਫੋਰਟ ਨੂੰ, ਜੈਗੜ ਫੋਰਟ ਨੂੰ। 12 ਕਿਲੋਮੀਟਰ ਲੰਬੀ ਹੈ। ਤੁਸੀਂ ਬਿਲਕੁਲ ਸਿੱਧੀ ਸਟੇਟ ਸੜਕ ਆਲੇ ਦੁਆਲੇ ਘਰ ਬਣੇ ਹੋਏ, ਦੇਖੋ ਸਿੱਧੀ ਜਾਂਦੀ ਆ ਸਟੇਟ, ਦੇਖੋ ਸਾਈਡ ਦੇ ਵਿੱਚੋਂ ਸਿੱਧੀਆਂ ਲਾਈਨਾਂ, ਜਿਵੇਂ ਲਾਈਨ ਕਿਸੇ ਨੇ ਖਿੱਚੀ ਹੁੰਦੀ ਆ, ਦੇਖੋ ਤੁਸੀਂ ਧਿਆਨ ਨਾਲ। ਉਸ ਸਾਈਡ ਆਪਾਂ ਦੇਖੀਏ ਜੀ ਓਲਡ ਸਿਟੀ ਜੈਪੁਰ ਦੀ, ਤੇ ਇਸ ਸਾਈਡ ਆਪਾਂ ਦੇਖ ਸਕਦੇ ਹਾਂ ਨਿਊ ਜੈਪੁਰ ਸਿਟੀ, ਪਿੰਕ ਸਿਟੀ ਜੈਪੁਰ ਜੀ। ਉਸ ਸਾਈਡ ਤੋਂ ਹੋਏ ਸੀ ਜੀ ਆਪਾਂ ਇਸ ਟੈਰਿਸ ਉੱਪਰ ਐਂਟਰ, ਤੇ ਇਸ ਸਾਈਡ ਤੋਂ ਆਪਾਂ ਚੱਲੇ ਹਾਂ। ਤੁਸੀਂ ਦੇਖ ਸਕਦੇ ਹੋ ਸਾਰਾ ਇਹ ਉੱਪਰੋਂ ਟੈਰਿਸ ਕਨੈਕਟਡ ਹੈ ਜੀ। ਜਿਹੜਾ ਤੁਸੀਂ ਰੂਮ ਸਾਹਮਣੇ ਦੇਖ ਸਕਦੇ ਹੋ, ਇਸ ਰੂਮ ਤੋਂ ਆਪਾਂ ਐਂਟਰ ਕੀਤੇ ਸੀ ਅਤੇ ਇਸ ਰੂਮ ਤੋਂ ਆਪਾਂ ਬਾਹਰ ਜਾ ਰਹੇ ਹਾਂ ਜੀ। ਆਪਾਂ ਸਾਰੇ 9 ਦੇ 9 ਰੂਮਸ ਦੇਖ ਚੁੱਕੇ ਹਾਂ। ਨਾਹਰਗੜ੍ਹ ਫੋਰਟ ਦੇ ਵਿੱਚ ਵੀ ਸ਼ੀਸ਼ ਮਹਿਲ ਬਣਿਆ ਹੋਇਆ ਜੀ, ਜਿਸ ਨੂੰ ਆਪਾਂ ਦੇਖ ਸਕਦੇ ਹਾਂ, ਪਰ ਇਹ ਜਿਹੜਾ ਸ਼ੀਸ਼ ਮਹਿਲ ਬਣਾਇਆ ਹੋਇਆ ਇੱਕ ਪ੍ਰਾਈਵੇਟ ਕੰਪਨੀ ਨੇ ਬਣਾਇਆ, ਤੇ ਜੋ ਕਿ 3 ਸਾਲ ਪੁਰਾਣਾ ਹੈ। ਪਰ ਜਿਹੜਾ ਆਪਾਂ ਅਮੀਰ ਫੋਰਟ ਦੇ ਵਿੱਚ ਸ਼ੀਸ਼ ਮਹਿਲ ਦੇਖਿਆ ਸੀ, ਉਹ ਦੁਨੀਆ ਦਾ ਵਰਲਡ ਦਾ ਸਭ ਤੋਂ ਵੱਡਾ ਸ਼ੀਸ਼ ਮਹਿਲ ਸੀ ਅਤੇ ਉਹ 300 ਸਾਲ ਪੁਰਾਣਾ ਸ਼ੀਸ਼ ਮਹਿਲ ਹੈ ਜੀ। ਜੇਕਰ ਤੁਸੀਂ ਉਹਦੀ ਵੀਡੀਓ ਨਹੀਂ ਦੇਖੀ ਤਾਂ ਸਾਡੇ ਚੈਨਲ 'ਤੇ ਜ਼ਰੂਰ ਦੇਖਿਓ ਜੀ। ਹੁਣ ਆਪਾਂ ਆ ਚੁੱਕੇ ਹਾਂ ਜੀ ਇਸ ਭਵਨ ਦੇ ਬਾਹਰ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ। ਜੇਕਰ ਤੁਹਾਡਾ ਕੋਈ ਕੁਐਸਚਨ ਹੈ ਜਾਂ ਕੋਈ ਸੁਜੈਸ਼ਨ ਹੈ ਤਾਂ ਕਮੈਂਟ ਵਿੱਚ ਜ਼ਰੂਰ ਲਿਖ ਦਿਓ ਜੀ। ਸਾਡੇ ਨਾਲ ਇਸ ਪੂਰੇ ਜੈਪੁਰ ਦੀ ਪਲੇਲਿਸਟ ਵਿੱਚ ਬਣੇ ਰਹੋ। ਸ਼ੀਸ਼ ਮਹਿਲ ਦੀ ਆਪਾਂ ਗੱਲ ਕੀਤੀ ਸੀ ਜੋ ਕਿ ਇੱਕ ਪ੍ਰਾਈਵੇਟ ਕੰਪਨੀ ਨੇ ਬਣਾਇਆ, ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ। ਇਹ ਐਂਟਰੀ 'ਤੇ ਹੀ ਬਣਿਆ ਹੋਇਆ ਜੀ, ਉਸ ਸਾਈਡ ਤੋਂ ਆਪਾਂ ਐਂਟਰ ਕੀਤੇ ਸੀ ਅਤੇ ਇਸ ਸਾਈਡ ਬਣਿਆ ਹੋਇਆ ਜੀ ਸ਼ੀਸ਼ ਮਹਿਲ। ਇੱਥੇ ਜੇ ਤੁਸੀਂ ਜਾਣਾ ਇਸ ਦੇ ਅੰਦਰ ਤਾਂ 500 ਰੁਪੀਸ ਪਰ ਪਰਸਨ ਦਾ ਤੁਹਾਨੂੰ ਚਾਰਜ ਦੇਣਾ ਪਏਗਾ। ਇਸ ਜਗ੍ਹਾ ਤੁਸੀਂ ਟਿਕਟ ਲੈ ਸਕਦੇ ਹੋ। ਨਾਹਰਗੜ੍ਹ ਫੋਰਟ ਦੀ ਐਂਟਰੀ 'ਤੇ ਜੀ ਤੁਸੀਂ ਦੇਖ ਸਕਦੇ ਹੋ ਛੋਟੀ ਜਿਹੀ ਮਾਰਕੀਟ ਲੱਗੀ ਹੋਈ ਹੈ, ਜਿੱਥੇ ਆਪਾਂ ਕੁਛ ਖਾਣ ਪੀਣ ਨੂੰ ਲੈ ਸਕਦੇ ਹਾਂ ਜੀ। ਆਪਾਂ ਸਭ ਨੇ ਮਿਲ ਕੇ ਨਾਹਰਗੜ੍ਹ ਫੋਰਟ ਨੂੰ ਦੇਖ ਲਿਆ ਜੀ, ਇਹਦੀ ਸਾਰੀ ਹਿਸਟਰੀ ਦੇਖ ਲਈ ਹੈ, ਇਸਦੇ ਸਾਰੇ ਇੰਟਰਸਟਿੰਗ ਫੈਕਟਸ ਜਾਣ ਲਏ ਨੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ। ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਸਾਡੀ ਜੈਪੁਰ ਦੀ ਪੂਰੀ ਪਲੇਲਿਸਟ ਦੇਖਣਾ ਨਾ ਭੁੱਲਿਓ ਜੀ। ਤਦ ਤੱਕ ਲਈ ਜੀ ਬਾਏ।